ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨ ਪੀੜ੍ਹੀ ਨਸ਼ੇ ਕਾਰਨ ਮੌਤ ਦੇ ਮੂੰਹ ਦੇ ਵਿੱਚ ਜਾ ਰਹੀ ਹੈ। ਅਜਿਹਾ ਮਾਮਲਾ ਗੁਰਦਾਸਪੁਰ ਦੇ ਪਿੰਡ ਦੋਸਤਪੁਰ ਦੇ ਵਿੱਚੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਹੋਰ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਚਰਨਜੀਤ ਸਿੰਘ ਘਰੋਂ ਟਰੈਕਟਰ ਠੀਕ ਕਰਵਾਉਣ ਲਈ ਕਲਾਨੌਰ ਗਿਆ ਸੀ, ਪਰ ਸ਼ਾਮ ਨੂੰ ਨਸ਼ੇ ਦੀ ਹਾਲਤ ਵਿੱਚ ਪਰਿਵਾਰਕ ਮੈਂਬਰਾਂ ਨੂੰ ਉਸਦੀ ਲਾਸ਼ ਝਾੜੀਆਂ ਦੇ ਵਿੱਚੋਂ ਮਿਲੀ, ਜਿਸ ਉਪਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪੀੜਿਤ ਪਰਿਵਾਰ ਨੇ ਇਸ ਸਭ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਵਿਖੇ ਪਿੰਡ ਘਰ ਆਉਣੇ ਵਾਲੇ ਇਸਕੇ ਮੌਤ ਕਾ ਸਰ ਹਮੇਂ ਪਤਾ ਨਹੀਂ ਲਗਾ। ਮੈਂ ਸੁਬਹ ਆਇਆ ਆਪਣਾ ਕਪੜਾ ਲੈਣੇ ਕੇ ਲੀਏ, ਤੋ ਮੈਂ ਇਸਕੇ ਕਮਰੇ ਦੇਖਾ, ਕਮਰਾ ਬੰਦ ਥਾ, ਕਮਰਾ ਬੰਦ ਥਾ, ਕਿਉਂਕਿ ਜਬ ਇਹ ਕਮਰਾ ਮੈਂ ਆਤਾ ਹੈ 10-12 ਦਿਨ ਬਾਅਦ ਤੋ ਇਸਕਾ ਕਮਰਾ ਬੰਦ ਨਹੀਂ ਹੋਤਾ ਹੈ, ਖੁਲਾ ਹੀ ਰਹਤਾ ਹੈ। ਤੋ ਮੈਂ ਦੇਖਾ ਕਮਰਾ ਮੈਂ ਨੀਚੇ ਸੇ ਜਾਂ ਕੇ ਤੋ ਇਸਕਾ ਹਾਥ ਦਿਖ ਰਹਾ ਥਾ, ਇਸਕਾ ਹਾਥ ਦੇਖਾ ਪੰਖਾ ਮੈਂ ਲਟਕਾ ਹੁਆ। ਫਿਰ ਮੈਨੇ ਗਿਆ ਥਾਣਾ ਮੈਂ ਰਿਪੋਰਟ ਕਰਨੇ ਕੇ ਲੀਏ। ਸਰ ਇਹ ਇਸਕੇ ਸਾਥ ਮੈਂ 3 ਮਹੀਨਾ ਸੇ ਰਹਾ ਹੂੰ। ਇਸਕਾ ਮੇਰਾ ਇੱਕ ਫਰੈਂਡ ਹੈ ਅਨਿਲ ਸਿੰਘ, ਠੀਕ ਹੈ, ਅਨਿਲ ਸਿੰਘ ਕੇ ਸਾਥ ਇਹ ਕਾਮ ਕਰਤਾ ਥਾ ਹੈਦਰਾਬਾਦ ਮੈਂ, ਕ੍ਰੇਸ਼ਰ ਕਾ ਕਾਮ ਹੈਦਰਾਬਾਦ ਮੈਂ ਕਾਮ ਕੀਆ, ਉਸਕੇ ਬਾਅਦ ਉਧਰ ਪਟਨਾ ਵੀ ਕਾਮ ਕੀਆ। ਤੋ ਅਨਿਲ ਸਿੰਘ ਨੇ ਹਮੇਂ ਬੋਲਾ ਥਾ ਕਿ ਮੈਨੂੰ ਮੇਰਾ ਇੱਕ ਫਰੈਂਡ ਹੈ ਪੰਜਾਬ ਕਾ ਵਿਖੇ ਪਿੰਡ ਕਾ, ਉਹ ਵਹਾਂ ਕਾਮ ਕਰਤਾ, ਤੁਮ ਉਸੇ ਰੱਖੋ। ਤੋ ਮੈਨੇ ਇੱਕ ਵਿਸ਼ਵਾਸ ਪੇਸ਼ੇ ਆਪਣੇ ਘਰ ਮੈਂ ਜਗ੍ਹਾ ਦਿਆ, ਮੇਰੇ ਜਵਾਨ ਲੜਕੀ ਹੈ ਔਰ ਵਾਈਫ ਹੈ, ਬੱਚੇ ਪੜ ਰਹੇ ਹੈ, ਮੈਨੇ ਸਿਰਫ ਇੱਕ ਵਿਸ਼ਵਾਸ ਪੇਸ਼ੇ ਰੱਖਣੇ ਜਗ੍ਹਾ ਦਿਆ। ਸਤਨਾਮ ਸਿੰਘ ਸਾਹਿਬ ਆਫ ਬਲਿੰਦਰ ਚ ਗਿਆ ਭਿੱਖੀ ਪਿੰਡ ਦਾ, ਲੋਕਲ ਫੈਕਟਰੀ ਲੱਗਾ, ਲੇਬਰ ਦਾ ਕੰਮ ਕਰਦਾ, ਉਹ ਇੱਥੇ ਕਿਰਾਇਆ ਦੇ ਰਿਹਾ ਗੁਰਦੀਪ ਸਿੰਘ ਨੂੰ ਮਕਾਨ 'ਚ, ਰਾਤ ਨੂੰ ਪੱਖੇ ਨਾਲ ਲੜਕੇ ਉਠਾ ਲਿਆ, ਆਤਮ ਹੱਤਿਆ ਕਰ ਲਈ। ਇਹ ਗੁਰਦੀਪ ਸਿੰਘ ਦਾ ਮਕਾਨ ਇੱਥੇ ਦੇ ਤਿਆਰ ਤੜੇ ਨਾ ਮਨੋਜ ਕੁਮਾਰ ਦੇ ਨਾਲ ਦੋ ਜਣੇ ਰਹਿਣ ਦੇ ਮਕਾਨ ਇੱਥੇ ਕਿਰਾਏ ਦੇ, ਮਨੋਜ ਕੁਮਾਰ ਤਾਂ ਦਿੱਲੀ ਆਉਂਦਾ ਵੀ ਯਾਰ, ਅੱਛਾ ਇਕੱਠੇ ਕੰਮ ਕਰਦੇ। ਉੱਥੇ ਲਾਸ਼ ਲੜਕਦੀ ਅੰਦਰ ਕੁੰਡੀ ਵੱਜੀ, ਪੱਖੇ ਉਹ ਲਾਈ ਵੱਲ ਆ ਗਿਆ ਵਾਪਸ ਆ ਕੇ ਕਾਰਵਾਈ ਕਰ ਰਹੇ, ਕਰਨਾ ਜ਼ਰੂਰੀ ਰਹਿ, ਕੋਈ ਕੀਤਾ ਨਹੀਂ ਉਹਨਾਂ ਨੇ, ਸਾਡੇ ਕੋਲ ਕਿਰਾਏ ਦਾ ਇੰਨ ਰਹਿ ਰਿਹਾ ਨਹੀਂ, ਉਹ ਤੁਹਾਨੂੰ ਕਿਰਾਇਆ ਦੇ ਕੇ ਬਸ ਵੱਖਰੇ ਰਹਿੰਦੇ, ਵੱਖਰਾ ਮਕਾਨ ਸੈਪਰੇਟ ਵੱਖਰਾ ਰਹਿੰਦੇ, ਰੈਸਟ ਰੱਖੀ ਮੈਨੂੰ ਉਹਦੇ 'ਚ ਰਹਿੰਦੇ ਉਹ ਤੱਕ ਤੁਹਾਨੂੰ ਦੱਸਿਆ ਉਹਨਾਂ ਦਾ ਹਸਪਤਾਲ ਕਰਾਂਗੇ ਜਿਹੜੇ ਕਿਰਾਇਆ ਦਾ ਰਹਿੰਦੇ ਆ ਰਹਿਣ ਕਰਨ।